ਦੇਖਿਆ ਤਾਂ ਨਹੀਂ ਤੂੰ ਨਹੀਂ ਮੈਂ ਨਹੀਂ ਦੇਖਿਆ ਜੀ ਫੇਰ ਨਾ ਕਹੇ ਲੈ ਆਫਰ ਚ ਕੀ ਆਪਾਂ ਕਰਨਾ ਤੇ ਕੋ ਪੈਸੇ ਦਾ ਵਾਧੂ ਆ 20000 ਰੁਪਏ ਪੈਸੇ ਘਟੂਗਾ ਤੇਰੀ ਤਨਖਾਹ ਨਹੀਂ ਪਾਜੀ ਐਨਾ ਕਰਿਓ ਮੈਨੂੰ ਆਹ ਜੈਕਟ ਪਸੰਦ ਆਈ ਵੀਆਈਪੀ ਸਾਹਿਬ ਤੁਸੀਂ ਕੋਈ ਸੈਂਟ ਸੁੰਟ ਲਓ ਜੀ ਮੁਸ਼ਕਾਰੀ ਤੁਹਾਡੇ ਚ ਸਿਕਿਉਰਿਟੀ ਯਾਰ ਪਹਿਲਾਂ ਡੱਬ ਦੇ ਟੰਗ ਲਈ ਆਪਾਂ ਤੁਹਾਡੇ ਘਰੇ ਫਿਰ ਸਵਾਗਤ ਆ ਵੀ ਸਰਦਾਰ ਦੇ ਘੈਂਟ ਦੇ ਚੈਲੰਜ ਦੇ ਵਿੱਚ ਤੇ ਅੱਜ ਆਪਾਂ ਕਰਨ ਵਾਲੇ ਆ ਇਹ ਕੰਮ ਲਿਵਿੰਗ ਲਾਈ ਕੇ ਵੀਆਈਪੀ ਫੁੱਟ 24 ਆਰ ਇੰਨੇ ਜ਼ਿਆਦਾ ਕਮੈਂਟ ਇਹਦੇ ਲਈ ਨਾ ਕਰਿਆ ਕਰੋ ਯਾਰ ਪਤਾ ਕੀ ਚੱਕਰ ਕਿਉਂਕਿ ਜਵਾਕ ਆ ਯਾਰ ਇਹਨੇ ਕਿਹੜਾ ਖਰਚਾ ਕਰਾਉਣ ਵੇਲੇ ਦੇਖਣਾ ਹਾਂਜੀ ਵੀਆਈਪੀ ਸਾਹਿਬ ਪਹਿਲੀ ਡਿਮਾਂਡ ਦੱਸ ਦੋ ਤੈਨੂੰ ਮੈਂ ਕਿਸੇ ਪਾਸੋਂ ਵੀਆਈਪੀ ਲੱਗ ਰਿਹਾ ਓ ਯਾਰ ਨਹੀਂ ਲੱਗਦਾ ਵੈਸੇ ਨਹੀਂ ਰਿਹਾ ਪਰ ਲੱਗੇਗਾ ਹੋਂ ਲੱਗੇਗਾ ਤੂੰ ਵੀਆਈਪੀ ਟੈਨਸ਼ਨ ਨਾ ਲੈ ਇਹ ਹਾਏ ਓਏ ਦਿਖਾ ਦੇ ਫਿਰ ਉਧਰ ਵੈਲਡਿੰਗ ਕਰਾ ਦੀਏ ਹਾਂਜੀ ਭਾਜੀ ਕਿੱਥੇ ਬੈਠੋਗੇ ਸਭ ਤੋਂ ਪਹਿਲਾਂ ਪਿੱਛੇ ਬੈਠੂਗਾ ਅੱਗੇ ਤਾਂ ਨੌਕਰ ਤੇ ਡਰਾਈਵਰ ਮਹਿੰਦੇ ਹੁੰਦੇ ਆ ਜਮਾ ਸਹੀ ਆ ਆ ਜਾਓ ਭਾਜੀ ਫਿਰ ਹਾਂਜੀ ਹਾਂਜੀ ਭਾਜੀ ਬੈਠੋ ਬੈਠੋ ਤੁਸੀਂ ਵੀਆਈਪੀ ਹੋ ਅਸੀਂ ਨੌਕਰ ਆ ਉਹ ਤਾਂ ਹੈਗੀ ਹਾਂ ਬੈਠੋ ਬੈਠੋ ਚਪੜਨਾ ਖਾ ਲਿਓ ਕਿਤੇ ਵੀਆਈਪੀ ਸਾਹਿਬ ਤੁਹਾਨੂੰ ਪਤਾ ਯਾਰ ਫਿਰ ਵੀਆਈਪੀ ਸਾਹਿਬ ਅੰਦਰ ਬੈਠੇ ਨੇ ਫਿਰ ਗੰਨਾ ਗੁੰਨਾ ਦਾ ਵੀ ਬੋਹੇ ਦਾ ਖਾਸ ਧਿਆਨ ਰੱਖਣਾ ਪੈਂਦਾ ਤਾਂ ਕਰਕੇ ਆਪਣੇ ਕੋਲ ਸਾਰੀ ਸੇਫਟੀ ਹੈਗੀਆਂ ਨੇ ਗੰਨ ਤਾਂ ਹੈ ਨਹੀਂ ਉਹ ਲੈ ਡੰਡਾ ਵੀ ਆਪਣਾ ਕੋਈ ਚੱਕ ਕੇ ਲੈ ਗਿਆ ਗੱਡੀ 'ਚੋਂ ਹੈ ਹੀ ਨਹੀਂ ਬਹੁਤ ਵੱਡੇ ਵੀਆਈਪੀ ਅੰਦਰ ਬੈਠੇ ਨੇ ਤਾਂ ਕਰਕੇ ਬੋਹੇ ਦਾ ਯਾਰ ਸਿਕਿਉਰਿਟੀ ਤਾਂ ਦੇਖਣਾ ਪੈਂਦਾ ਆਪਾਂ ਨੂੰ ਤਾਂ ਫਟਾਫਟ ਚੱਲਦੇ ਹਾਂ ਅਮਨ ਵੀਰੇ ਹਾਂਜੀ ਬਾਲੇ ਵੱਡੇ ਵੀਆਈਪੀ ਆਪਣੇ ਨਾਲ ਬੈਠੇ ਨੇ ਆਹ ਬਾਲੇ ਹੀ ਵੱਡੇ ਨੇ ਐਨਕਾਂ ਨਹੀਂ ਪੂਰੀਆਂ ਆ ਰਹੀਆਂ ਇਹਨਾਂ ਦੇ ਕਿਹੜਾ ਵਾ ਰੋਟੀ ਹੈਗੀ ਹੈ ਨਾ ਹਾਂਜੀ ਹਾਂਜੀ ਡੱਬਾ ਨਾਲ ਲਾਈਆਂ ਹੋਈਆਂ ਨੇ ਜੀ ਬਾ ਠੀਕ ਆ ਭਾਜੀ ਤਾਂ ਭਾਈ ਸਭ ਤੋਂ ਪਹਿਲਾਂ ਕੀ ਕਰਨਾ ਚਾਹੋਗੇ ਵੀਆਈਪੀ ਸਾਹਿਬ ਤੁਸੀਂ ਪਹਿਲਾਂ ਨੌਕਰ ਨੂੰ ਬਾਹਰ ਕੱਢੋ ਓ ਨਿਕਲ ਬਾਹਰ ਨਿਕਲ ਬਾਹਰ ਓ ਨਿਕਲ ਬਾਹਰ ਵੀਆਈਪੀ ਨੇ ਕਿਹਾ ਨਿਕਲ ਬਾਹਰ ਜਲਦੀ ਤੈਨੂੰ ਕੁਝ ਕਰਨ ਨੂੰ ਕਸ਼ ਕਰਨ ਨੂੰ ਕਿਹਾ ਤੂੰ ਹਾਂਜੀ ਵੀਆਈਪੀ ਸਾਹਿਬ ਹੁਣ ਕੀ ਕਰੀਏ ਹੁਣ ਤੁਸੀਂ ਬਾਹਰ ਨਿਕਲੋ ਭਾਜੀ ਮੈਂ ਕਿਉਂ ਨਿਕਲਾਂ ਬਾਹਰ ਤੈਨੂੰ ਕਿਹਾ ਨਾ ਨਿਕਲ ਤੇ ਨਿਕਲ ਮੰਦੀ ਨਹੀਂ ਹੋ ਜਾ ਵੀਆਈਪੀ ਸਾਲਾ ਹੈ ਭਰਾਵਾ ਤੇਰੀ ਸਿਕਿਉਰਿਟੀ ਕਰਨੀ ਹੈ ਤੂੰ ਵੀਆਈਪੀ ਆ ਆ ਜੀਏ ਨਾ ਕਿਉਂ ਕਿਉਂ ਤੁਸੀਂ ਦੱਸੋ ਕਿਉਂ ਆਣਾ ਕਿਉਂ ਕਿਉਂਕਿ ਤੁਹਾਡੀ ਸਿਕਿਉਰਿਟੀ ਦੀ ਲੋੜ ਹਾਂ ਸਿਕਿਉਰਿਟੀ ਆ ਭਾਜੀ ਤੁਹਾਡੀ ਨਾ ਤੁਹਾਨੂੰ ਇਕੱਲੇ ਨਹੀਂ ਛੱਡ ਸਕਦੇ ਤੁਸੀਂ ਤਾਂ ਕਮਲੇ ਹੋ ਆ ਜਾਓ ਹਾਂ ਬੋਲਣਗੇ ਚਲੋ ਆ ਜਾਓ ਬੈਠੋ ਇਹ ਵੀਆਈਪੀ ਥੋੜੇ ਗੁੱਸੇ ਵਾਲੇ ਆ ਪਰ ਦਿਲ ਦੇ ਬਹੁਤ ਚੰਗੇ ਨੇ ਵੀਆਈਪੀ ਸਾਹਿਬ ਗੁੱਸਾ ਨਾ ਕਰੋ ਇਹ ਦੱਸੋ ਤੁਹਾਨੂੰ ਮਨਾਉਣ ਲਈ ਅਸੀਂ ਕੀ ਕਰੀਏ ਪਹਿਲਾਂ ਮੈਨੂੰ ਕਾਫੀ ਪਲਾਓ ਕੈਂਟ ਠੀਕ ਹੈ ਭਾਜੀ ਚਲ ਫਸਟ ਸਟਾਰ 5 ਸਟਾਰ ਓਕੇ ਮੈਂ ਕਿਹਾ ਫਸਟ ਸਟਾਰ ਮੈਂ ਕਿਹਾ ਤੇ ਬੈਠੇ ਸੀ ਕਿਤੇ ਟਪਰੀ ਟਪਰੀ ਤੋਂ ਪੀਣੀ ਆ ਯਾਰ ਇੱਥੇ ਕਿਤੇ ਰੇੜੀ ਰੂੜੀ ਤੇ ਰੋਕ ਲਾ ਆਪਾਂ ਜੀ ਅੱਗੇ ਟਪਰੀ ਆ ਰਹੀ ਆ ਬਾ ਚਾਹ ਵਾਲੀ ਓਏ ਥੱਪੜ ਨਾ ਹਾਲਿਓ ਮੈਨੂੰ ਦੋਨੇ ਜਾਣੇ ਨੌਕਰ ਆਣਾ ਤੂੰ ਨੌਕਰ ਬਣ ਕੇ ਰਹਿ ਤੂੰ ਡਰਾਈਵਰ ਆ ਡਰਾਈਵਰ ਬਣ ਕੇ ਰਹਿ ਸੌਰੀ ਵੱਡੇ ਸਾਹਿਬ ਸੌਰੀ ਕਿੱਥੇ ਲੈ ਕੇ ਆਣਾ ਫਿਰ ਵੀਆਈਪੀ ਸਾਹਿਬ ਤੁਹਾਨੂੰ ਜਿੱਥੇ ਮਰਜ਼ੀ ਲਏ ਬਟ 5 ਸਟਾਰ ਹੋਣਾ ਚਾਹੀਦਾ ਓਕੇ ਚੰਡੀਗੜ੍ਹ ਚਲੋ ਚੰਡੀਗੜ੍ਹ ਓਏ ਗਾਣਾ ਗੁਣਾ ਲਾ ਕੇ ਦਿਓ ਮੈਨੂੰ ਕੋਈ ਆ ਗਾਣਾ ਪਾਜੀ ਹੈ ਨਾ ਪਤਾ ਕੀ ਕਿਹੜਾ ਡੈਕ ਖਰਾਬ ਹੈ ਵੀਆਈਪੀ ਸਾਹਿਬ ਮੈਂ ਠੀਕ ਕਰਾ ਲੂੰਗਾ ਮੈਨੂੰ ਮਾਫ ਕਰ ਦਿਓ ਤੇ ਮੈਂ ਸਾਨੂੰ ਨਾ ਮਰਸੀ ਵੀ ਨਹੀਂ ਲੈ ਕੇ ਦਿੱਤੀ ਪਹਿਲਾਂ ਵੀ ਸਮਝਾਏਗੀ ਨੌਕਰ ਬਣ ਕੇ ਰਹਿ ਹਾਂਜੀ ਠੀਕ ਹੈ ਅਸੀਂ ਨਹੀਂ ਗੁੱਸਾ ਨਾ ਕਰੋ ਹੀ ਆਪ ਸੁਣਾ ਦਿੰਦੇ ਹਾਂ ਤੁਹਾਨੂੰ ਹਾਂਜੀ ਉਹ ਤੂੰ ਤਾਂ ਪਾਰਟੀ ਯੂ ਆ ਜੜਿਆ ਸੁਣਾਈ ਵੀ ਨਾ ਮੈਂ ਸੁਣਾ ਦਿੰਦਾ ਜੀ ਹੋ ਮਾਂ ਹੁੰਦੀ ਐ ਸੁਪਿਆਸ ਪਿਆ ਵੀਆਈਪੀ ਸਾਹਿਬ ਹੱਥ ਵਿੱਚ ਖੁਸ਼ ਹੋ ਗਏ ਵੀਆਈਪੀ ਸਾਹਿਬ ਖੁਸ਼ ਹੋ ਗਏ ਇਹ ਤਾਂ ਚਾਹ ਜੀ ਮਤੋਂ ਕਾਫੀ ਕੈਨਸਲ ਬਾਜੀ ਵਾ ਵੀਆਈਪੀ ਸਾਹਿਬ ਮਨਾ ਲਿਆ ਆਪਾਂ ਹੀ ਮਨਾ ਲਿਆ ਕਾਫੀ ਕੈਨਸਲ ਕਿਉਂ ਤੂੰ ਹੱਸਦਾ ਪਈ ਉਹ ਨਾਲੇ ਲੈ ਜਾਓ ਮੈਨੂੰ ਵੀਆਈਪੀ ਸਾਹਿਬ ਆ ਗਿਆ ਆਪਾਂ ਚੰਡੀਗੜ੍ਹ ਚੰਡੀਗੜ੍ਹ ਇਹ ਹਾਂ ਇਹ ਤਾਂ ਮੈਨੂੰ ਕੋਈ ਪਿੰਡ ਜਿਹਾ ਲੱਗ ਰਿਹਾ ਨਹੀਂ ਯਾਰ ਚੰਡੀਗੜ੍ਹ ਆ ਇਹ ਚੰਡੀਗੜ੍ਹ ਆ ਹਾਂ ਇੰਨੇ ਦਾ ਟੈਂਕੇ ਲੱਗਦੇ ਆ ਇਹ ਆ ਗੱਡੀ 'ਚ ਇਹ ਚੰਡੀਗੜ੍ਹ ਆ ਉਹ ਨਹੀਂ ਉਹ ਨਾ ਚੰਡੀਗੜ੍ਹ ਦੇ ਰੋਡ ਖਰਾਬ ਹੋ ਗਏ ਜੀ ਬਰਫ਼ ਪਈ ਨਾ ਉਹਦੇ ਕਰਕੇ ਔਰ ਚਲੋ ਕਾਫੀ ਪੀਏ ਜਾ ਕੇ ਆ ਜਾਓ ਇਹ ਮੈਨੂੰ ਵਾਕੀ ਫੁੱਦੂਈਆ ਬਣਾਈ ਜਾਂਦਾ ਸਿਕਿਉਰਿਟੀ ਯਾਰ ਪਹਿਲਾਂ ਡੱਬ ਦੇ ਟੰਗ ਲਈ ਆਪਾਂ ਵੀਆਈਪੀ ਸਾਹਿਬ ਟੈਨਸ਼ਨ ਨਾ ਲਓ ਤੁਹਾਡੀ ਸਿਕਿਉਰਿਟੀ ਦਾ ਪੂਰਾ ਪ੍ਰਬੰਧ ਆਪਣੇ ਕੋਲ ਠੀਕ ਆ ਮੌਜੇ ਟੰਗੇ ਹੋਇਆ ਆਪਾਂ ਡੱਬਾਂ ਵਿੱਚ ਠੀਕ ਆ ਜੀ ਓਕੇ ਪਰ ਨਕਲੀ ਨਹੀਂ ਉਹ ਕੋਈ ਚੱਕਰ ਤਾਂ ਨਹੀਂ ਕਿਉਂਕਿ ਅਸਲੀ ਦਾ ਬਜਟ ਹੈ ਨਹੀਂ ਨਾ ਭਾਈ ਆਪਣੇ ਕੋਲੇ ਆਜੋ ਨਹੀਂ ਵੀਆਈਪੀ ਸਾਹਿਬ ਪਾਪ ਕਰਵਾਉਣ ਲੱਗੇ ਮੇਰੇ ਤੋਂ ਆਜੋ ਇੱਧਰ ਬੈਠੋ ਭਾਈ ਸਾਹਿਬ ਰੋਡ ਤੋਂ ਫੜ ਕੇ ਕਿਸੇ ਨੂੰ ਵੀਆਈਪੀ ਬਣਾਓਗੇ ਇਹੋ ਜਿਹਾ ਕੁਝ ਹੀ ਹੋਣਾ ਫਿਰ ਦੇਖਿਆ ਤਾਂ ਨਹੀਂ ਤੂੰ ਨਹੀਂ ਮੈਂ ਨਹੀਂ ਦੇਖਿਆ ਜੀ ਤੇ ਤੂੰ ਆ ਵੀਆਈਪੀ ਸਾਹਿਬ ਹੁਣ ਕੀ ਖਾਓਗੇ ਤੁਸੀਂ ਪੀਣਾ ਮੈਂ ਕਾਫੀ ਪੀਣੀ ਹੈ ਕਾਫੀ ਸਟਰੋਂਗ ਕਾਫੀ ਬਲੈਕ ਕਾਫੀ ਕਿ ਵਾਈਟ ਕਾਫੀ ਉਹਨੂੰ ਪਤਾ ਹੀ ਨਹੀਂ ਅੱਛਾ ਉਹ ਇੱਕ ਦਿਨ ਵਾਲੇ ਹਨਾ ਇਹ ਤਾਂ ਕਰਕੇ ਨਹੀਂ ਮੈਂ ਮੰਗਾਉਣਾ ਜੀ ਵੀਆਈਪੀ ਸਾਹਿਬ ਪੈਸੇ ਤੇ ਕੋ ਹੈ ਨਹੀਂ ਪੈਸੇ ਥੋੜੇ ਤੋਂ ਹੀ ਲਵਾਂਗੇ ਅਸੀਂ ਜੀ 50000 ਰੁਪਏ ਦੇ ਨਿਕਾਲ ਦਿੱਤੇ ਨਹੀਂ ਮੈਂ ਉਹ ਤਾਂ ਖਰਚ ਹੋ ਗਿਆ ਜੀ ਖਰਚ ਹੋ ਗਏ ਉਹ ਤਾਂ ਵੀਆਈਪੀ ਆ ਵੀਆਈਪੀ ਆ ਯਾਰ ਤੂੰ 50000 ਨੂੰ ਨਹੀਂ ਖੋਲਣਾ ਆਪਾਂ ਹਾਂ ਨਹੀਂ ਖੋਲਣਾ ਹੋਰ ਪੈਸੇ ਦੇ ਦੇ ਹੈ
50,000 ਰੁਪਏ ਤੋਂ ਗੋਲ ਰਿਹਾ ਤੂੰ ਵੀਆਈਪੀ ਹੋ ਕੇ ਹੋਰ ਪੈਸੇ ਦੇ ਨਾ ਮੈਨੂੰ ਆਪਾਂ ਵੀਆਈਪੀ ਪਜਾਣੇ ਚ ਬਣਾ ਰਹੇ ਆ ਤੂੰ ਪੈਸੇ ਥੋੜੀ ਗੋਲ ਲੈ ਆ ਕਾਦੀ ਖਾਤਰ ਲੈ ਸਮਝ ਨਹੀਂ ਰਿਹਾ ਯਾਰ ਵੀਆਈਪੀ ਸਾਹਿਬ ਯਾਰ ਤੈਨੂੰ ਮੈਂ ਕਾਦੀ ਖਾਤਰ ਦੱਸ ਪੈਸੇ ਕਾਹਤੋਂ ਦਿੰਦਾ ਵਾਂ ਵੀਆਈਪੀ ਚੈਨਲ ਬਣਾ ਰਹੇ ਆ ਆਪਾਂ ਤੇ ਤੂੰ ਪੈਸੇ ਵੀਆਈਪੀ ਪੈਸੇ ਦਿੰਦਾ ਹੁੰਦਾ ਹੋਰ ਕੌਣ ਦਿੰਦਾ ਵੀਆਈਪੀ ਚੈਨਲ ਕਰ ਰਹੇ ਆ ਨੌਕਰ ਆ ਅਸੀਂ ਤਾਂ ਨੌਕਰ ਆ ਨੌਕਰ ਹਾਂ ਨੌਕਰ ਬਣ ਕੇ ਰਹੋ ਫਿਰ ਤੂੰ ਸਮਝ ਤਾਂ ਖਾ ਰਹੇ ਹੋ ਚੋਪਾਂ ਜੀ ਅਸੀਂ ਆ ਵੀਆਈਪੀ ਸਾਹਿਬ ਆ ਕੀ ਕਰੀ ਜਾਂਦੇ ਹੋ ਚੁੱਪ ਰਹਿ ਤੂੰ ਜੇ ਭੁੱਖ ਲੱਗੇ ਤਾਂ ਉਹ ਤੋਂ ਪੀਜ਼ਾ ਮੰਗਾ ਦਿੰਦੇ ਆ ਨਹੀਂ ਨਹੀਂ ਮੈਂ ਨਹੀਂ ਖਾਣਾ ਵੈਸੇ ਫ੍ਰੀ ਆ ਹਾਂਜੀ ਫ੍ਰੀ ਆ ਇੱਕ ਮੰਗਾ ਲਾ ਫਿਰ ਅੱਧਾ ਅੱਧਾ ਖਾਣਾ ਹੈਲੋ ਹੈਲੋ ਭਾਜੀ ਠੀਕ ਹੈ ਜੀ ਹੋਏ ਐਨਕਾਂ ਸਾਂਭ ਹੀ ਨਹੀਂ ਆਉਂਦੀਆਂ ਤੋਂ ਵੀ ਆਈ ਪੀ ਬਣਿਆ ਫਿਰਦਾ ਆਹ ਵੀ ਆਈ ਪੀ ਐਨਕਾਂ ਆਰ ਆਈ ਪੀ ਆ ਆਜੋ ਆਜੋ ਵੀ ਆਈ ਪੀ ਸਾਹਿਬ ਆਓ ਜੀ ਓਏ ਜਲਦੀ ਆ ਜਾਓ ਰੇ ਹਾਂਜੀ ਹਾਂਜੀ ਅਮਰ ਜਰਾ ਉਧਰ ਉਪਰੋ ਵੀ ਆਈ ਪੀ ਦੇਖ ਭਜਦੇ ਵੀ ਆਈ ਪੀ ਸਾਹਿਬ ਟੈਨਸ਼ਨ ਲਓ ਮੈਂ ਹੈਗਾ ਤੁਹਾਡੇ ਕੋਲੇ ਓਕੇ ਮੇਰੇ ਹੁੰਦਿਆਂ ਮੇਰੇ ਵੀ ਆਈ ਪੀ ਨੂੰ ਤੂੰ ਕੁਛ ਨਹੀਂ ਕਰਨਾ ਓਏ ਆਹ ਮਣਾ ਦੇ ਚਪੇੜਾ ਖਾ ਗਿਆ ਨਹੀਂ ਨਹੀਂ ਉਹ ਚਲਾ ਗਿਆ ਡਰ ਗਿਆ ਜੀ ਆਇਆ ਆਇਆ ਹੁਣ ਵੀ ਆਈ ਪੀ ਸਾਹਿਬ ਇਹ ਦੱਸੋ ਤੁਸੀਂ ਕਿੱਥੇ ਜਾਣਾ ਚਾਹੋਗੇ ਅੱਛਾ ਸ਼ੋਪਿੰਗ ਕਰਨਾ ਮੋਲ ਲੈ ਕੇ ਆਇਆ ਆਪਾਂ ਵੀ ਆਈ ਪੀ ਜੀ ਨੂੰ ਤੇ ਭਾਜੀ ਪੈਸੇ ਹਾਂ ਤੇ ਕਹੂਣਗੇ ਨਹੀਂ ਮਾਲਕ ਤੁਸੀਂ ਹੋਣਾ ਫਿਰ ਤੇ ਵੀ ਆਈ ਪੀ ਮੈਂ ਆ ਤੇ ਕੋ ਪੈਸੇ ਹੋਣੇ ਚਾਹੀਦੇ ਆ ਅੱਛਾ ਮੇਰੇ ਕੋਲ ਹੋਣੇ ਚਾਹੀਦੇ ਆ ਠੀਕ ਆ ਬਈ ਉਹ ਦੇਖਿਓ ਮੜਾ ਕਿੰਨਾ ਘੰਟ ਆਫਰ ਬਾਲੇ ਘੰਟ ਲੱਗੇ ਹੋਏ ਆ ਹਨਾ ਚਲੀ ਫਿਰ ਇੱਥੇ ਹਾਂ ਹਾਂ ਲੈ ਆਫਰ ਚ ਕੀ ਆਪਾਂ ਕਰਨਾ ਤੇ ਕੋ ਪੈਸੇ ਦਾ ਵਾਧੂ ਆ 20,000 ਰੁਪਇਆ ਉਹ ਭਾਜੀ ਪੈਸੇ ਹੈਗਾ ਟੈਨਸ਼ਨ ਨਾ ਲਓ ਬਥੇਰੇ ਪੈਸੇ ਆ ਟੈਨਸ਼ਨ ਨਾ ਲਓ ਤੁਸੀਂ ਉਹ ਫਿਰ ਤਾਂ ਧਾਕੀ ਗੱਲ ਹੈ ਇਹ ਦੱਸੋ ਤੁਸੀਂ ਖਾਣਾ ਪੀਣਾ ਕੀ ਆ ਹੁਣ ਖਾਣਾ ਪੀਣਾ ਤਾਂ ਨਹੀਂ ਹੁਣ ਸ਼ੋਪਿੰਗ ਹੀ ਕਰਨੀ ਹੈ ਜਿਹੜੀ ਮਰਦੀ ਚੀਜ਼ ਚੱਕ ਲਿਓ ਕੋਈ ਚੱਕਰ ਨਹੀਂ ਪੈਸਾ ਉਹ ਤੇਰਾ ਟੈਨਸ਼ਨ ਨਹੀਂ ਲੈਣੀ ਠੀਕ ਹੈ ਜੀ ਹਾਂ ਹਾਂ ਹੋਰ ਮੈਂ ਕੀ ਲਵਾਂ 2,000 ਤਾਂ ਹੁਣੇ ਹੀ ਹੋ ਗਿਆ ਚੋਕਲੇਟਾਂ ਲੈਣਾ ਚੋਕਲੇਟਾਂ ਹਾਂਜੀ ਵੀਆਈਪੀ ਸਾਹਿਬ ਪਹਿਲਾਂ ਮੈਂ ਬੋਨਵੀਟਾ ਲਈ ਬੋਨਵੀਟਾ ਵੀ ਲੈਣਾ ਹਾਂਜੀ ਆ ਫੜੋ ਨਾ ਤੁਸੀਂ ਉਹ ਲਿਓ ਫੜੋ ਫੜੋ ਬੋਨਵੀਟਾ ਨਹੀਂ ਕੰਪਲੇਂਟ ਦੀ ਲੋੜ ਆ ਓਏ ਸੌਰੀ ਬਰਾਬਰ ਤੋਂ ਮੈਨੂੰ ਲੋੜ ਆ ਜੀ ਹਾਂ ਉਹ ਤਾਂ ਨਹੀਂ ਤਾਂ ਕਿ ਉਹਨੇ ਮੜਾ ਦਿਮਾਗ ਵਧੇ ਹਾਂ ਉਹ ਤਾਂ ਰਹੀ ਉਹ ਖਾਓ ਮਿਊਸਲੀ ਖਾਓ ਮਿਊਸਲੀ ਮਿਊਸਲੀ ਆ ਬਹੁਤ ਵਧੀਆ ਹੁੰਦੀ ਹੈ ਜੀ ਫਾਇਦੇਮੰਦ ਹੁੰਦੀ ਹੈ ਦੇਖੀ ਕਿੰਨੇ ਦੀ ਐਡਾ ਵੱਡਾ ਪੈਕ ਸਸਤੀ ਹੈ ਇਹ ਆ 1000 ਰੁਪਏ ਦੀ ਸਸਤੀ ਹੈ ਇਹ ਉਹ ਫਿਰ ਵੀਆਈਪੀ ਨਹੀਂ ਨਾ ਕੁਝ ਵੀ ਕਰ ਸਕਦੇ ਨੇ ਐ ਕਰ ਆਹ ਲੈ ਲੈ ਓਟਸ ਇਹ ਕੀ ਆ ਬਣਾਉਂਦੀ ਓਟਸ ਇਹ ਕਿਵੇਂ ਖਾਣੇ ਹੁੰਦੇ ਆ ਇਹ ਹਾਂ ਇਹਨਾਂ ਦੇ ਸ਼ੈਫ ਬਣਾਉਂਦੇ ਨੇ ਪੈਰਿਸ ਤੋਂ ਤਾਂ ਕਰਕੇ ਇਹਨਾਂ ਨੂੰ ਪਤਾ ਨਹੀਂ ਹਨਾ ਭਾਜੀ ਕੁਝ ਖਰੀਦ ਵੀ ਲਓ ਚੱਕ ਚੱਕ ਰੱਖੀ ਆ ਉਹਨੇ ਸਾਰਾ ਸਮਾਨ ਮੈਂ ਤਾਂ ਜਿੰਨੇ ਆ ਤੱਕ ਮੋਲਾ ਚ ਗਿਆ ਸਾਰਿਆਂ ਨੇ ਮੇਰਾ ਚੱਕ ਚੱਕ ਕੇ ਰੱਖੀ ਜਾਂਦਾ ਰਹਿਣਾ ਭਾਜੀ ਫ੍ਰੀ ਆ ਇਹ ਫ੍ਰੀ ਆ ਹਾਂ ਤੇ ਮੈਂ ਦੋ ਸਾਰੀਆਂ ਚੱਕ ਲਾ ਆ ਫੜ ਤੂੰ ਆਓ ਫੜ ਹੁਣ ਕਿਵੇਂ ਟੁੱਟ ਕੇ ਪਿਆ ਉਹ ਵੀਆਈਪੀ ਸਾਹਿਬ ਤੁਸੀਂ ਕੋਈ ਸੈਂਟ ਸੁੰਟ ਲਓ ਜੀ ਮੁਸ਼ਕ ਆ ਰਹੀ ਤੁਹਾਡੇ ਚ ਜਿੰਨੀ ਤੇ ਤੋਂ ਆਉਂਦੀ ਹੈ ਨਾ ਉਨੀ ਮੇਰੇ ਤੋਂ ਨਹੀਂ ਆਉਂਦੀ ਹੁਣ ਇੱਥੇ ਕਿਉਂ ਆ ਗਈ ਵਾਈਨ ਗਲਾਸ ਲੈਣਾ ਮੈਂ ਲਾ ਬਾਟੀ ਚ ਚਾਹ ਪੀਣ ਵਾਲਿਆ ਓਏ ਇੱਕ ਦਿਨ ਦੀ ਵੀਆਈਪੀ ਕੀ ਬਣਾਇਆ ਵਾਈਨ ਗਲਾਸ ਮੰਗੀ ਜਾਂਦਾ ਹਾਂਜੀ ਵੀਆਈਪੀ ਸਾਹਿਬ ਮੈਨੂੰ ਆਹ ਜੈਕਟ ਪਸੰਦ ਆਈ ਸਾਰੀ ਕਾਪੀ ਚਾਹੀਦੀ ਆ ਵਾਲਿਆ ਚਾਹ ਪੀਣ ਵਾਲਿਆਂ ਨੂੰ ਰੱਖਦੇ ਸੜਨਾ ਦੇ 1000 ਰੁਪਏ ਦੀ ਆ ਬਸ ਸਿਰਫ 1000 ਰੁਪਏ ਦੀ ਆ ਹਾਂ ਉੱਥੇ ਰੱਖ ਦੋ ਫਟਾਫਟ ਭਾਜੀ ਨਹੀਂ ਨਹੀਂ ਭਾਜੀ ਇੱਥੇ ਰੱਖਣਾ ਹੈ ਠੀਕ ਆ ਭਾਜੀ ਐਨਕਾ ਸਾਹਮ ਲੋ ਵੀਆਈਪੀ ਸਾਹਿਬ ਥੋੜਾ ਜਿਹਾ ਧਿਆਨ ਨਾਲ ਮੇਰਾ ਵੀਰ ਹੈ ਆਪਦੇ ਤੋਂ ਵੱਡਾ ਵੀਆਈਪੀ ਦੇਖ ਲਓ ਭਾਈ ਪੈਕਟ ਚੱਕੀ ਜਾਂਦਾ ਵੀਆਈਪੀ ਸਾਹਿਬ ਆ ਕੀ ਕੀ ਇਹ ਤਾਂ ਮੁੱਕ ਹੀ ਨਹੀਂ ਰਿਹਾ ਸਮਾਨ ਉਹ ਵੀਆਈਪੀ ਸਾਹਿਬ ਆ ਕੀ ਅਮਨ ਫੜ ਯਾਰ ਵੀਆਈਪੀ ਤੋਂ ਓਏ ਸਾਡਾ ਵੀਆਈਪੀ ਆ ਉਹ ਤੂੰ ਵੀਆਈਪੀ ਆ ਇਹ ਕਿ ਭੁੱਲ ਜਾਂਦਾ ਵੀ ਵੀਆਈਪੀ ਆ ਬੈਠੋ ਨਹੀਂ ਸਭ ਜੀ ਆਓ ਆਹ ਫੜੋ ਮੇਰੇ ਘਰ ਦੇ ਨਹੀਂ ਕਰਦੇ ਜੀ ਨੂੰ ਤੁਸੀਂ ਕਰਨ ਲੱਗੇ ਹਾਂ ਜਾਓ ਜੀ ਮੇਰਾ ਜੂਸ ਨਹੀਂ ਆਇਆ ਆ ਗਿਆ ਭਾਜੀ ਆ ਗਿਆ ਚੁੱਕ ਓਏ ਕਾਫੀ ਲੈ ਕੇ ਆ ਮੈਂ ਕਿਹੜਾ ਬਿਮਾਰ ਆ ਉਹਨਾ ਮੈਂ ਉਹਨਾ ਓਏ ਜਲਦੀ ਕਰ ਓਏ ਤੂੰ ਹਾਂਜੀ ਭਾਜੀ ਆ ਦੇਖੋ ਬਸ ਆ ਦੇ ਥੋੜਾ ਲੇਟ ਹੋ ਗਿਆ ਠੀਕ ਹੈ ਜੀ ਪੈਸੇ ਘਟੂਗਾ ਤੇ ਦੇ ਦੇ ਨਹੀਂ ਭਾਜੀ ਐਨਾ ਕਰਿਓ ਹਲੋ ਕਰਾਂ ਕਿਆ ਤਾਂ ਨਹੀਂ ਓ ਫੜੋ ਭਾਜੀ ਪੀ ਲਓ ਇਹਨੂੰ ਹੁਣ ਡੋ ਨਾ ਲਈ ਕਿਤੇ ਜਲ ਹੀ ਵੀ ਆਈ ਪੀ ਆ
ਖੌਰੀ ਕੋ ਬੋਲੋ ਵੀ ਤਾਰੀਫ ਕਰੋ ਮੇਰੀ ਤਾਰੀਫ ਹਾਂ ਪਾਜੀ ਆਜੋ ਜਲਦੀ ਵੀਆਈਪੀ ਸਾਹਿਬ ਓ ਮਤਲਬ ਕ੍ਰੀਮ ਨੂੰ ਨਹੀਂ ਆ ਓਏ ਉਰੇ ਬੈਠੋ ਮੂੰਹ ਦੀ ਥੁੱਕੀ ਜਾਂਦਾ ਮੈਂ ਪਿੱਠ ਵਿੱਚ ਨਹੀਂ ਥੁੱਕਦਾ ਮੈਂ ਮੂੰਹ ਤੇ ਥੁੱਕਦਾ ਬੜਾ ਵਫਾਦਾਰ ਹੈ ਤੂੰ ਨੌਕਰ ਆ ਜਲਦੀ ਚੋਕਲੇਟ ਜੀ ਖਵਾ ਮੈਨੂੰ ਹਲੋ ਜੀ ਹਲੋ ਜਲਦੀ ਖਵਾਈਏ ਜੀ ਅਸੀਂ ਜਲਦੀ ਖਵਾਣੀ ਆ ਸੌਸ ਪੀਓਗੇ ਜੀ ਬਾਰਬੀਕਿਊ ਬਹੁਤ ਸਵਾਦ ਆ ਤੂੰ ਬੜੇ ਠੀਕ ਐ ਕਰੋ ਜੀ ਜੂਸ ਪੀਓ ਜੂਸ ਪੀਓ ਆ ਕਰੋ ਚੋਕਲੇਟ ਜਿੱਦੀ ਤੂੰ ਜਲਦੀ ਖਵਾਈ ਨਾ ਤਨਖਾਹ ਚ ਪੈਸੇ ਕੱਟਣ ਵਾਲੇ ਆ ਤਨਖਾਹ ਕਿੰਨੀ ਆ ਪੈਸੇ ਮੇਰੀ ਜੀ ਬਸ 1000 ਰੁਪਇਆ ਆ ਦੇ ਦਿਓ ਜੀ ਫਿਰ ਮੈਂ ਜਾਵਾਂ ਵੀਆਈਪੀ ਸਾਹਿਬ ਟੈਨੇ ਯਾਰ ਮੇਰੇ ਪੈਸੇ ਕਿੱਥੇ ਓਏ ਚਲੀ ਫਿਰ ਇੱਥੇ ਹਾਂ ਹਾਂ ਜੇਬ ਚ ਹੋਣੇ ਆ ਜੀ ਆਪ ਦੀ ਜੇਬ ਚੈੱਕ ਕਰ ਦੇਖ ਲਓ ਜੀ ਮੇਰੇ ਕੋ ਤਾਂ ਨਹੀਂ ਹੈਗੇ ਪੈਸੇ ਹੈ ਨਹੀਂ ਮੇਰੇ ਕੋਲੇ ਹੈ ਨਹੀਂ ਸੱਚੀ ਹੈ ਨਹੀਂ ਹੈ ਜੀ ਕਿੱਧਰ ਗਏ ਦੱਸ ਦੇ ਤੇ ਕੋਈ ਹੋ ਸਕਦੇ ਆ ਆਪਣੇ ਕੋਈ ਹੋਰ ਕੋਈ ਬੰਦਾ ਨਹੀਂ ਆਇਆ ਇੱਥੇ ਸਮਾਨ ਲੈ ਆਇਆ ਜੀ ਉਹਨਾਂ ਦਾ ਕੀ ਉਹ ਸਮਾਨ ਲੈ ਆਇਆ ਐ ਕਰ ਨਿਕਲ ਇੱਥੋਂ ਵੀਆਈਪੀ ਦਾ ਹੁਕਮ 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 ਵੀਆਈਪੀ ਕੂਪਨ ਆ ਕੋਈ ਹੁਕਮ 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 ਬੁਕਮ ਉਹ ਤੂੰ ਜਾਂਦਾ ਕਿ ਨਹੀਂ ਜਾਂਦਾ ਮੇਰੇ ਲਈ ਮਸਾਜ ਲੈ ਕੇ ਆ ਮਸਾਜ ਲੈ ਕੇ ਆਵਾਂ ਮਸਾਜਰ ਮੈਂ ਲੈ ਕੇ ਆ ਅੱਛਾ ਮੈਂ ਕਹਿੰਦਾ ਮੈਂ ਮਸਾਜ ਕਰਾ ਕੇ ਲੈ ਕੇ ਆਵਾਂ ਤੁਹਾਡੇ ਲਈ ਮੈਂ ਵੀਆਈਪੀ ਸਾਹਿਬ ਕੀ ਹੋਇਆ ਵੀਆਈਪੀ ਸਾਹਿਬ ਤੁਸੀਂ ਕਹਿਣਾ ਕਿਵੇਂ ਆਪਦਾ ਮੰਡਾ ਸਕਦੇ ਹੋ ਮੇਰੇ ਤੋਂ ਉਹ ਮੇਰੇ ਨੂੰ ਸੱਚੀ ਬਹੁਤ ਜੋਰ ਦੀ ਨਹੀਂ ਵੱਜਦੀ ਜੋ ਬਹੁਤ ਜੋਰ ਦੀ ਨਹੀਂ ਵੱਜਦਾ ਆ ਫੋਨ ਰੱਖ ਦੇ ਪਹਿਲਾਂ ਫੋਨ ਟੁੱਟ ਜਾਊਗਾ ਵੀਆਈਪੀ ਸਾਹਿਬ ਫੇਰ ਨਾ ਕਹੇ ਵੀਆਈਪੀ ਸਾਹਿਬ ਮੈਂ ਹੁਣ ਕਹਿਣਾ ਕਿਵੇਂ ਮੋੜ ਸਕਦਾ ਫਿਰ ਬੰਦ ਕਰ ਦੇ ਬੰਦ ਕਰ ਦੇ ਬਸ ਵੀਆਈਪੀ ਓਕੇ ਆ ਫਿਰ ਵੀਆਈਪੀ ਬੰਦ ਆ ਚਲੋ ਭਾਈ ਐਵੇਂ ਬੰਦ ਆ ਬਰੇ ਹੁਣ ਤਾਂ ਕਹਿਤਾ ਹੁਣ ਭਾਈ ਇਹ ਕੰਮ ਹਾਰ ਚੁੱਕਿਆ ਚੱਲ ਜਣਾ ਇਹ ਵਾਲਾ ਹਨਾ ਕੋਈ ਨਾ ਪੁੱਤ ਇੰਨੀ ਸਾਡੇ ਤੋਂ ਮਿਹਨਤ ਕਰਾਈ ਹੈ ਨਾ ਵੀਡੀਓ ਬੰਦ ਹੋਣੇ ਚੰਗੀ ਤਰ੍ਹਾਂ ਮਸਾਜ ਕਰਦੇ ਹਾਂ।